ਹੈਲੋ एवरीवन ਆਪ ਸਭ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਨਵਰੀ ਮੰਥ ਦੇ ਵਿੱਚ ਸਬ ਇੰਸਪੈਕਟਰਾਂ ਦੀਆਂ 302 ਵਧ ਪੜਤੀਆਂ ਆਊਟ ਕੀਤੀਆਂ ਜਾਣ ਵਾਲੀਆਂ ਨੇ ਪੰਜਾਬ ਸਰਕਾਰ ਦੇ ਦੁਆਰਾ ਸੋ ਬੱਚਿਆਂ ਦੇ ਕੁਐਸ਼ਨਸ ਨੇ ਰਿਲੇਟਡ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਰਹੇਗਾ ਪੇਸਕੇਲ ਕੀ ਰਹੇਗਾ ਸਿਲੇਬਸ ਕੀ ਰਹੇਗਾ ਏਜ ਲਿਮਿਟ ਕੀ ਰਹੇਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਕੁਐਸ਼ਨਸ ਦੇ ਆਨਸਰਸ ਲੈ ਕੇ ਆਏ ਆ ਸੋ ਜਿਵੇਂ ਕਿ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਜਿਹੜੀ ਰਿਕਰੂਟਮੈਂਟ ਆਊਟ ਹੋਈ ਸੀ 2021 ਦੇ ਵਿੱਚ ਯਾਨੀ ਕਿ ਲਾਸਟ ਇਅਰ ਜਿਹੜੀ ਸਬ ਇਨਸਪੈਕਟਰਾਂ ਦੀ ਭਰਤੀ ਆਊਟ ਹੋਈ ਸੀ ਉਹਦਾ ਪੀਡੀਐਫ ਹੈ ਸੋ ਇਹਦੇ ਵਿੱਚ ਜੇਕਰ ਗੱਲ ਕਰ ਲਈਏ ਸਭ ਤੋਂ ਪਹਿਲਾਂ ਏਜ ਲਿਮਿਟ ਦੀ ਤਾਂ ਏਜ ਲਿਮਿਟ ਜਿਹੜੀ ਹੈ 28 ਸਾਲ ਤੋਂ 18 ਸਾਲ ਮੰਗੀ ਗਈ ਸੀ ਯਾਨੀ ਕਿ 18 ਤੋਂ 28 ਸਾਲ ਦੇ ਵਿੱਚਕਾਰ ਦਾ ਕੋਈ ਵੀ ਬੱਚਾ ਇਸ ਨੂੰ ਫਿਲ ਕਰ ਸਕਦਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਏਜ ਰਿਲੈਕਸੇਸ਼ਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਐਸਸੀ ਐਸਟੀ ਬੀਸੀ ਵਾਸਤੇ ਐਕਸ ਸਰਵਿਸਮੈਨ ਵਾਸਤੇ ਏਜ ਰਿਲੈਕਸੇਸ਼ਨ ਹੁੰਦਾ ਹੈ ਉਹ ਏਜ ਰਿਲੈਕਸੇਸ਼ਨ ਅਲੱਗ ਤੋਂ ਦਿੱਤਾ ਗਿਆ ਸੀ ਸੋ ਜੇਕਰ ਜਨਰਲ ਕੈਂਡੀਡੇਟ ਹੋ ਤੇ 18 ਤੋਂ 28 ਸਾਲ ਦੇ ਵਿਚਕਾਰ ਤੁਹਾਡੀ ਏਜ ਹੈ ਤੁਸੀਂ ਇਸ ਵੈਕੈਂਸੀ ਨੂੰ ਫਿਲ ਕਰ ਸਕਦੇ ਹੋ ਸੋ ਲਾਸਟ ਈਅਰ ਜਿਹੜੀਆਂ ਵੈਕੈਂਸੀਸ ਆਊਟ ਹੋਈਆਂ ਸੀ ਉਹਦਿਆਂ ਜੇ ਕਰ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰ ਲਈਏ ਤਾਂ ਮਿਨੀਮਮ ਐਜੂਕੇਸ਼ਨਲ ਕੁਆਲੀਫਿਕੇਸ਼ਨ ਰੱਖੀ ਗਈ ਸੀ ਗ੍ਰੈਜੂਏਸ਼ਨ ਕਿਸੇ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਕੀਤੀ ਹੋਵੇ ਯਾਨੀ ਕਿ ਜਿਹੜੇ ਵੀ ਕੈਡਟਸ ਦੇ ਵਿੱਚ ਪੋਸਟਾਂ ਨਿਕਲੀਆਂ ਸੀ ਡਿਸਟ੍ਰਿਕਟ ਦੇ ਵਿੱਚ ਆਰਮਡ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਹਰ ਇੱਕ ਦੇ ਵਿੱਚ ਗ੍ਰੈਜੂਏਸ਼ਨ ਮੰਗੀ ਗਈ ਸੀ ਸਪੈਸ਼ਲੀ ਠੀਕ ਹੈ ਜੀ ਯਾਨੀ ਕਿ 18 ਤੋਂ 28 ਸਾਲ ਦੀ ਤੁਹਾਡੀ ਉਮਰ ਹੈ ਨਾਲ ਤੁਸੀਂ ਗ੍ਰੈਜੂਏਟ ਕੀਤੀ ਹੈ ਤੁਸੀਂ ਇਸ ਵੈਕੈਂਸੀ ਨੂੰ ਫਿਲ ਕਰ ਸਕਦੇ ਹੋ ਤੇ ਅਗਲਾ ਜਿਹੜਾ ਫਿਜ਼ੀਕਲ ਸਕਰੀਨਿੰਗ ਟੈਸਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਿਉਂਕਿ ਹਾਈਟ ਦੇ ਬੇਸਿਸ ਤੇ ਹੀ ਸਬ ਇੰਸਪੈਕਟਰ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਕੈਂਡੀਡੇਟਸ ਨੇ ਉਹ ਰੱਖੇ ਜਾਂਦੇ ਨੇ ਤਾਂ ਹਾਈਟ ਦੀ ਗੱਲ ਕਰ ਲੈਂਦੇ ਆ ਮੈਲਸ ਵਾਸਤੇ 5 ਫੁੱਟ 7 ਇੰਚ ਤੇ ਫੀਮੇਲ ਵਾਸਤੇ 5 ਫੁੱਟ 2 ਇੰਚ ਹਾਈਟ ਰੱਖੀ ਗਈ ਸੀ ਠੀਕ ਹੈ ਜੀ ਸੋ ਸੋ ਜੇਕਰ ਤੁਹਾਡੀ ਹਾਈਟ ਇੰਨੀ ਹੈ 18 ਤੋਂ 28 ਸਾਲ ਦੇ ਹੋ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਤਾਂ ਤੁਸੀਂ ਇਸ ਵੈਕੈਂਸੀ ਨੂੰ ਫਿਲ ਕਰ ਸਕਦੇ ਹੋ ਸੋ ਉਸ ਤੋਂ ਇਲਾਵਾ ਇਹਦੇ ਵਿੱਚ ਰਨਿੰਗ ਹੁੰਦੀ ਹੈ ਲੌਂਗ ਜੰਪ ਹੁੰਦੀ ਹੈ ਹਾਈ ਜੰਪ ਹੁੰਦੀ ਹੈ ਠੀਕ ਹੈ ਜੀ ਫੀਮੇਲ ਕੈਂਡੀਡੇਟ ਵਾਸਤੇ 800 ਮੀਟਰ ਦਾ ਰਨ ਹੈ ਲੌਂਗ ਜੰਪ ਹੈ 3 3 ਮੀਟਰ ਦੀ ਰਾਈ ਜੰਪ ਹੈ 3 ਚਾਂਸਸ ਦਿੱਤੇ ਜਾਣਗੇ ਠੀਕ ਹੈ ਜੀ ਸੋ ਇਹ ਐਲੀਜੀਬਿਲਟੀ ਕਰੀਰੀਆ ਹੈ इस तो तद गल रही है जेकर सिलेबस की सिलेबस ऑलमोस्ट उ सेम है ज होर एग्जाम्स रहा है जिमें कि जरल अवेयरनैस क्वॉंटीटेटिव एप्टीट्यूड एंड न्यूमेरिकल स्किल्स पंजाबी लॉजिकल एनलाइटिकल रीजनिंग डाटा इंटरप्रटेन डिजिटल लिटरेसी एंड अवेयरनैस के इंगलिश ਸੋ ਇਹ ਸਬਜੈਕਟਸ ਰਹਿਣਗੇ ਜਿਹੜੇ ਕਿ ਹਰ ਇੱਕ ਪੰਜਾਬ ਗਵਰਨਮੈਂਟ ਐਗਜ਼ਾਮਸ ਲਈ ਲਏ ਜਾਂਦੇ ਨੇ ਪੇਪਰ 1 ਜੋ ਹੈ ਉਹ 400 ਨੰਬਰ ਦਾ ਹੋਵੇਗਾ ਠੀਕ ਹੈ ਜੀ ਸੋ ਤੁਸੀਂ ਦਾ एलिजिਬਿਲਟੀ ਕ੍ਰਾਈਟੇਰੀਆ ਵੀ ਦੇਖ ਲਿਆ ਹੈ ਸਟੇਜ 2 ਦੇ ਵਿੱਚ